ਜਦੋਂ ਸਾਹ ਹੀ ਨਾ ਰਿਹਾ ਤਾਂ ਫਿਰ ਸਰੀਰ ਨੂੰ ਕੀ ਕਰਾਂਗੇ? ਜੇ ਸਾਡੇ ਸਰੀਰ ਨੂੰ ਸਾਹ ਹੀ ਨਾ ਆਇਆ ਮੁਸ਼ਕਲ ਹੋ ਜਾਏਗੀ ਨਾ। ਰੁੱਖ ਵੀ ਜੀਏ ਸੁੱਖ ਵੀ ਜੀਏ, ਜਿਵੇਂ ਪੂਰੀ ਪੂਰੀ ਕਰਕੇ ਮਾਪਾ ਆਪਣੇ ਬੱਚਿਆਂ ਲਈ ਧਨ ਇਕੱਠਾ ਕਰਦਾ ਹੈ ਤਾਂ ਜੋ ਕੱਲ੍ਹ ਉਹਨਾਂ ਦਾ ਸੰਭਰਿਆ ਰਹੇ, ਇਸੇ ਤਰ੍ਹਾਂ ਮਾਪੇ ਨੂੰ ਚਾਹੀਦਾ ਰੁੱਖ ਵੀ ਬੀਜੇ ਤਾਂ ਜੋ ਬੱਚਿਆਂ ਨੂੰ ਸਾਹ 'ਤੇ ਆਵੇ। ਆਪਣੇ ਆਲੇ ਦੁਆਲੇ ਨੂੰ ਸਾਫ਼ ਰੱਖਣਾ ਸਾਡੀ ਜ਼ਿੰਮੇਦਾਰੀ ਸਿੱਖਾਂ ਦੀ, ਕਿਉਂਕਿ ਗੁਰੂ ਬਾਬੇ ਨੇ ਸਾਨੂੰ ਹਰ ਰੋਜ਼ ਨਿਤਨੇਮ ਵਿੱਚ ਸਮਝਾਇਆ, ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ। ਤੁਸੀਂ ਕਿੰਨਾ ਪਿਆਰ ਦਿੰਦੇ ਹੋ ਤਾਂ ਜੋ ਇਹ ਸਾਰੀਆਂ ਗੱਲਾਂ ਤੁਹਾਡੇ ਕੰਨ ਗੋਚਰੇ ਹੋ ਸਕਣ। ਜੇ ਤੁਸੀਂ ਮੈਨੂੰ ਇੰਨੇ ਪਿਆਰ ਸਤਿਕਾਰ ਨਾਲ ਸੁਣ ਸਕਦੇ ਹੋ, ਆਪਣੇ ਗੁਰੂ ਨੂੰ ਤਾਂ ਆਪਾਂ ਹੋਰ ਵੀ ਬਹੁਤ ਪਿਆਰ ਕਰਦੇ ਹਾਂ। ਗੁਰੂ ਦੀ ਗੱਲ ਨੂੰ ਤਾਂ ਅਸੀਂ ਆਪਣੇ ਮਨ ਕਰਕੇ, ਆਪਣੇ ਤਨ ਕਰਕੇ, ਆਪਣੀ ਆਤਮਾ ਕਰਕੇ ਹੰਡਾਉਣਾ ਹੈ, ਕਿਉਂਕਿ ਅਸੀਂ ਇੱਕ ਜ਼ਿੰਮੇਦਾਰ ਸਿੱਖ ਹਾਂ। ਆਓ ਆਪਣੇ ਆਲੇ ਦੁਆਲੇ ਨੂੰ ਸੰਵਾਰੀਏ ਤਾਂ ਜੋ ਗੁਰੂ ਹਰਿਰਾਏ ਸਾਹਿਬ ਮਹਾਰਾਜ ਦੀ ਅਸੀਸ ਸਾਡੇ ਸਾਰਿਆਂ ਦੇ ਸਿਰਾਂ 'ਤੇ ਆਵੇ। ਆਪਣੇ ਬੱਚਿਆਂ ਦਾ, ਕੱਲ੍ਹ ਦਾ, ਆਪਣੇ ਆਉਣ ਵਾਲੇ ਭਵਿੱਖ ਦਾ, ਉਹਦੀ ਜ਼ਿੰਮੇਦਾਰੀ ਸਾਡੇ 'ਤੇ ਹੈ, ਉਹਨੂੰ ਸਾਂਭ ਸੰਭਾਲ ਉਹਦੀ ਕਰਨੀ। 14 ਮਾਰਚ ਨੂੰ ਸਿੱਖ ਇਨਵਾਇਰਮੈਂਟ ਡੇ ਮਨਾ ਰਹੇ ਹਾਂ ਆਪਾਂ ਸਾਰੀ ਸਿੱਖ ਸੰਗਤ, ਅਤੇ ਕੋਸ਼ਿਸ਼ ਆਪਾਂ ਸਾਰਿਆਂ ਨੇ ਇਹ ਕਰਨੀ ਕਿ ਗੱਲਾਂ ਨਾ ਰਹਿ ਜਾਣ, ਆਪਾਂ ਅਸਲ ਵਿੱਚ ਆਪਣੇ ਆਲੇ ਦੁਆਲੇ ਨੂੰ ਸਾਂਭਣਾ ਤਾਂ ਜੋ ਸ੍ਰੀ ਗੁਰੂ ਹਰਿਰਾਏ ਮਹਾਰਾਜ ਦੀ ਅਸੀਸ ਸਾਨੂੰ ਸਾਰਿਆਂ ਨੂੰ ਮਿਲ ਸਕੇ।